अस्सलाम वालेकुम। लो जी, अज तुहाडे नाल चिकन कढ़ाई शेयर कर रहे हैं, बिल्कुल रेस्टोरेंट स्टाइल च। इहदे च सिर्फ और सिर्फ चंद चीज़ां जानियां ते स्वाद इहदा इस तरह होना कि तुसीं हैरान रह जाओगे। बहुत ही लाजवाब पकदी आ ते बड़ी आसानी नाल तैयार हो जाती है, कोई ज़्यादा मेहनत नहीं करनी। ते चलो स्टैप बाय स्टैप तुहानूं दसदे आ सारियां चीज़ां। ते सारियां तों पहले गोश्त नूं लूण लाणा, लूण ला के इहते खट्टा पाणा, मतलब सिरका सिरका पा के इहनूं 2 मिंट लई छड्ड देणा। ਇਹਦੇ ਨਾਲ ਕੀ ਹੋਏਗਾ, ਇਹਦੀ ਸਮੈਲ ਖਤਮ ਹੋ ਜਾਏਗੀ। 2 ਮਿੰਟ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣਾ। ਲਓ ਜੀ, ਅੱਗੇ ਹੁਣ ਗੋਸ਼ਤ ਅਸੀਂ ਧੋ ਲਿਆ, ਮਿਰਚਾਂ ਆ ਗਈਆਂ ਜੀ, ਥੋੜ੍ਹਾ ਜਿਹਾ ਲਸਣ ਅਤੇ ਥੋੜ੍ਹਾ ਜਿਹਾ ਅਦਰਕ, 1 ਪਿਆਜ਼ ਜਾਣਾ ਜੀ ਇਹਦੇ 'ਚ। ਇਹ ਢਾਬਾ ਸਟਾਈਲ ਬਣ ਰਹੀ ਹੈ ਅਤੇ ਢਾਬੇ ਅਤੇ ਕੜਾਹੀ ਦੇ ਵਿੱਚ ਪਿਆਜ਼ ਜ਼ਰੂਰ ਜਾਂਦਾ ਹੈ। ਪਿਆਜ਼ ਨੂੰ ਬਰੀਕ ਬਰੀਕ ਕੱਟ ਲੈਣਾ ਇੱਥੇ, ਉਹਦੇ ਨਾਲ ਇਹ ਹੋਏਗਾ ਕਿ ਇਹਦਾ ਪੇਸਟ ਬਣਾਉਣਾ ਜਿਹੜਾ ਨਾ ਉਹ ਸੌਖਾ ਰਹੇਗਾ। ਅਤੇ ਇਸ ਤੋਂ ਬਾਅਦ ਇਹਦੇ 'ਚ ਪਾਵਾਂਗੇ ਲਸਣ, ਅਤੇ ਤੁਸੀਂ ਓਨੀ ਦੇਰ 'ਚ ਕਮੈਂਟ ਕਰਕੇ ਇਹ ਦੱਸੋ ਕਿ ਤੁਹਾਨੂੰ ਚਿਕਨ ਕੜਾਹੀ ਪਿਆਜ਼ ਵਾਲੀ ਪਸੰਦ ਆ ਜਾਂ ਦਹੀਂ ਵਾਲੀ, ਜਾਂ ਪਿਆਜ਼ ਅਤੇ ਦਹੀਂ ਦੋਨੋਂ ਪਾ ਕੇ। ਅੱਜ ਅਸੀਂ ਦਹੀਂ ਨਹੀਂ ਪਾਉਣਾ ਅਤੇ ਬਹੁਤ ਹੀ ਲਾਈਟ ਜਿਹੇ ਮਸਾਲਿਆਂ ਨਾਲ ਕੜਾਹੀ ਬਣਨ ਵਾਲੀ ਆ, ਬਹੁਤ ਹੀ ਲਾਜਵਾਬ ਬਣੇਗੀ ਅਤੇ ਇਨਸ਼ਾਅੱਲਾ ਤੁਹਾਨੂੰ ਪਸੰਦ ਵੀ ਆਏਗੀ। ਅਤੇ ਲਸਣ ਵੀ ਬਰੀਕ ਕਰ ਲੈਣਾ। ਇਹ ਸਾਰੀਆਂ ਚੀਜ਼ਾਂ ਬਰੀਕ ਕਰਨ ਦਾ ਫਾਇਦਾ ਇਹ ਹੋਏਗਾ ਕਿ ਮਿਕਸੀ ਜਿਹੜੀ ਆ ਨਾ, ਜਿਹੜਾ ਗ੍ਰੈਂਡਰ ਆ ਸਾਡਾ, ਉਹ ਬੜੀ ਆਸਾਨੀ ਨਾਲ ਚੱਲੇਗਾ। ਅਤੇ ਹੁਣ ਇਹਨੂੰ ਮਿਲਕਸ਼ੇਕ ਵਾਲੇ ਜੱਗ 'ਚ ਪਾ ਲੈਣਾ, ਅਤੇ ਅੱਧਾ ਕੁ ਗਲਾਸ ਪਾਣੀ ਦਾ ਪਾਉਣਾ। ਉਸ ਤੋਂ ਬਾਅਦ ਇਹਨੂੰ ਚਲਾ ਦੇਣਾ, ਘੁਮਾਟੂ ਲਾਉਣਾ ਚੰਗੀ ਤਰ੍ਹਾਂ। ਜਦੋਂ ਇਹ ਚੰਗੀ ਤਰ੍ਹਾਂ ਲੱਗੇ ਕਿ ਪਤਲਾ ਹੋ ਗਿਆ ਵਾ, ਤਾਂ ਤੁਸੀਂ ਮਸ਼ੀਨ ਬੰਦ ਕਰ ਲੈਣੀ ਆ। ਹੁਣ ਚਿਕਨ ਨੂੰ ਪਾ ਦੇਣਾ ਕੜਾਹੀ 'ਚ, ਕੜਾਹੀ 'ਚ ਪਾ ਕੇ ਅਤੇ ਹੁਣ ਮਸਾਲਾ ਜਿਹੜਾ ਬਣਾਇਆ ਸੀ, ਲਸਣ ਅਦਰਕ ਹਰੀਆਂ ਮਿਰਚਾਂ ਅਤੇ ਪਿਆਜ਼, ਉਹ ਪਾ ਦੇਣਾ। ਅਤੇ 5 ਤੋਂ 6 ਟਮਾਟਰ ਜਿਹੜੇ ਆ ਨਾ, ਉਹ ਵੱਡੇ ਵੱਡੇ ਅੱਧੇ ਅੱਧੇ ਕੱਟ ਕੇ ਵਿੱਚ ਪਾ ਦੇਣੇ। ਇਹਦਾ ਕੀ ਫਾਇਦਾ ਹੁੰਦਾ ਕਿ ਇਹਦਾ ਛਿਲਕਾ ਜਿਹੜਾ ਨਾ, ਜਦੋਂ ਇਹ ਥੋੜ੍ਹੇ ਨਰਮ ਹੋ ਜਾਂਦੇ ਆ, ਅਤੇ ਛਿਲਕਾ ਲਾਉਣਾ ਆਸਾਨ ਹੋ ਜਾਂਦਾ। ਟਮਾਟਰ ਪਾਉਣ ਤੋਂ ਬਾਅਦ ਇਹਦੇ ਵਿੱਚ ਥੋੜ੍ਹਾ ਜਿਹਾ ਲੂਣ, ਜਿਹਨੂੰ ਨਮਕ ਕਹਿੰਦੇ ਆ, ਥੋੜ੍ਹੀ ਜਿਹੀ ਹਲਦੀ, ਜੋੜਾਂ ਦੇ ਦਰਦ ਲਈ ਵੀ ਬੜੀ ਚੰਗੀ ਹੁੰਦੀ ਆ, ਥੋੜ੍ਹੀਆਂ ਜਿਹੀਆਂ ਕੁੱਟੀਆਂ ਹੋਈਆਂ ਲਾਲ ਮਿਰਚਾਂ, ਹਸਬੇ ਜ਼ਾਇਕਾ, ਜਿੰਨਾ ਤੁਹਾਨੂੰ ਪਸੰਦ ਹੋਵੇ ਉਨੀਆਂ ਪਾ ਲਓ। ਇਹਨੂੰ ਚੰਗੀ ਤਰ੍ਹਾਂ ਹੁਣ ਮਿਕਸ ਕਰਨਾ, ਮਿਕਸ ਕਰਕੇ ਅਤੇ ਦਰਮਿਆਨੀ ਜੀ ਅੱਗ ਕਰ ਦੇਣੀ ਆ, ਚਾਲੂ ਅੱਗ ਚਲਾ ਕੇ। ਅਤੇ ਇਹਨੂੰ ਉੱਤੋਂ ਢੱਕ ਕੇ 15 ਮਿੰਟ ਲਈ ਅਸੀਂ ਇੰਤਜ਼ਾਰ ਕਰਨਾ। ਅਤੇ 15 ਮਿੰਟ ਲਈ ਅਸੀਂ ਵੀਡੀਓ ਦੀ ਸਪੀਡ ਥੋੜ੍ਹੀ ਜਿਹੀ ਤੇਜ਼ ਕਰਕੇ ਤੁਹਾਨੂੰ ਵਿਖਾ ਦਿੰਦੇ ਹਾਂ ਕਿ ਕੀ ਕੁਛ ਬਣਿਆ ਇਹਦੇ ਵਿੱਚ। ਅਤੇ ਵੀਡੀਓ ਜੇ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਵੀ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ। ਅੱਜ ਥੋੜ੍ਹੀ ਜਿਹੀ ਟਰਾਈ ਕਰ ਰਹੇ ਹਾਂ ਪੰਜਾਬੀ ਬੋਲਣ ਦੀ, ਪੰਜਾਬੀ ਕਿੱਦਾਂ ਦੀ ਲੱਗੀ ਤੁਹਾਨੂੰ, ਇਹ ਵੀ ਜ਼ਰਾ ਤੁਸੀਂ ਵੀਡੀਓ 'ਚ ਜ਼ਰੂਰ ਦੱਸਣਾ। ਅਤੇ ਇਹ ਚਿਕਨ ਕੜਾਹੀ ਜਿਹੜੀ ਬਣ ਰਹੀ ਹੈ, ਇਹ ਬਿਲਕੁਲ ਢਾਬਾ ਸਟਾਈਲ ਬਣ ਰਹੀ ਹੈ, ਢਾਬੇ ਸਟਾਈਲ 'ਚ ਪਿਆਜ਼ ਜ਼ਰੂਰ ਪੈਂਦੇ ਆ। ਅਤੇ ਦਹੀਂ ਅੱਜ ਅਸੀਂ ਇਸਤੇਮਾਲ ਨਹੀਂ ਕੀਤਾ, ਦਹੀਂ ਪਾ ਕੇ ਬਹੁਤ ਖੱਟੀ ਹੋ ਜਾਂਦੀ ਆ। ਲਓ ਜੀ, 15 ਮਿੰਟ ਤੋਂ ਬਾਅਦ ਕੁਛ ਇਸ ਤਰ੍ਹਾਂ ਦਾ ਹੋ ਗਿਆ, ਪਿਆਜ਼ ਬਿਲਕੁਲ ਪਾਣੀ ਖੁਸ਼ਕ ਹੋ ਗਿਆ, ਪਿਆਜ਼ ਵੀ ਵਿੱਚ ਹੱਲ ਹੋ ਗਿਆ, ਅਤੇ ਟਮਾਟਰ ਜਿਹੜੇ ਉਹ ਨਰਮ ਹੋ ਗਏ, ਉਹਨਾਂ ਦਾ ਛਿਲਕਾ ਉੱਤਰ ਰਿਹਾ। ਤੁਸੀਂ ਛਿਲਕਾ ਲਾਉਣਾ ਚਾਹੋ ਤਾਂ ਲਾ ਸਕਦੇ ਹੋ, ਨਹੀਂ ਤਾਂ ਜਦੋਂ ਖਾਣਾ ਖਾਓਗੇ ਉਦੋਂ ਲੱਥ ਜਾਏਗਾ ਜਾਂ ਨਿਕਲ ਜਾਏਗਾ। ਅਤੇ ਜਿਹੜੇ ਟਮਾਟਰ ਆ, ਉਹਨਾਂ ਨੂੰ ਚਮਚੇ ਦੀ ਮਦਦ ਨਾਲ ਇੱਥੇ ਮੈਸ਼ ਕਰਦੇ ਜਾਓ, ਕੁੱਟਦੇ ਜਾਓ ਵਿੱਚ, ਤਾਂ ਕਿ ਮਿਕਸ ਹੁੰਦੇ ਜਾਣ। ਅਤੇ ਚਮਚਾ ਬਿਲਕੁਲ ਥੱਲਿਓਂ ਘੁਮਾਉਣਾ, ਬੋਟੀਆਂ 'ਤੇ ਚਮਚਾ ਨਹੀਂ ਮਾਰਨਾ, ਨਹੀਂ ਤਾਂ ਬੋਟੀਆਂ ਦਾ ਹਲਵਾ ਬਣ ਜਾਣਾ ਅਤੇ ਮੁਰਗੀ ਨਜ਼ਰ ਹੀ ਨਹੀਂ ਆਉਣੀ ਜੀ ਕਿੱਧਰ ਗਈ। ਅੱਗ ਜਿਹੜੀ ਦਰਮਿਆਨੀ ਜੀ ਚੱਲ ਰਹੀ ਆ, ਹੁਣ ਇਹਨੂੰ 4-5 ਮਿੰਟ ਲਈ ਦੁਬਾਰਾ ਹਲਕੀ ਅੱਗ ਦੇ ਉੱਤੇ ਫਿਰ ਢੱਕ ਦੇਣਾ, ਤਾਂ ਕਿ ਗੋਸ਼ਤ ਜਿਹੜਾ ਅੱਛੀ ਤਰ੍ਹਾਂ ਨਰਮ ਹੋ ਜਾਵੇ। ਲਓ ਜੀ, ਗੋਸ਼ਤ ਬਿਲਕੁਲ ਜਿਹੜਾ ਨਾ ਉਹ ਪੱਕਣ ਦੇ ਨਜ਼ਦੀਕ ਹੋ ਗਿਆ ਜੀ, ਤਕਰੀਬਨ 80% ਤੱਕ ਪੱਕ ਚੁੱਕਿਆ। ਹੁਣ ਇਹਨੂੰ ਲਾਉਣਾ ਅਸੀਂ ਮਸਾਲਾ ਜਿਹੜਾ ਭੁੰਨਣਾ ਇਹਦਾ, ਅਤੇ ਉਹਦੇ ਲਈ ਇਹਦੇ 'ਚ ਪਾਵਾਂਗੇ ਘੇ ਜਾਂ ਦੇਸੀ ਘੇ, ਬਹੁਤ ਬੈਸਟ ਹੋ ਜਾਏਗਾ। ਲੇਕਿਨ ਸਾਡੇ ਕੋਲ ਕੁਕਿੰਗ ਆਇਲ ਆ, ਤੁਸੀਂ ਇਹਦੇ 'ਚ ਬਨਸਪਤੀ ਘੇ ਵੀ ਪਾ ਸਕਦੇ ਹੋ। 150 ਗ੍ਰਾਮ ਅਸੀਂ ਘੇ ਪਾਤਾ ਇਹਦੇ 'ਚ, ਹੁਣ ਇਹਦੀ ਘੇ 'ਚ ਭੁਨਾਈ ਹੋਣੀ ਹੈ ਚੰਗੀ ਤਰ੍ਹਾਂ, ਅਤੇ ਖੁਸ਼ਬੂ ਬਹੁਤ ਹੀ ਲਾਜਵਾਬ। ਦੇਖੋ ਤੁਹਾਡੇ ਸਾਹਮਣੇ ਮਸਾਲੇ ਬਿਲਕੁਲ ਕੁਛ ਨਹੀਂ ਹੈਗੇ ਇਹਦੇ 'ਚ, ਲਾਲ ਮਿਰਚ, ਨਮਕ ਅਤੇ ਹਲਦੀ, ਲੇਕਿਨ ਇਹਦਾ ਟੇਸਟ ਇਸ ਤਰ੍ਹਾਂ ਦਾ ਲਾਜਵਾਬ ਬਣਦਾ ਕਿ ਖਾਣ ਵਾਲਾ ਉਂਗਲੀਆਂ ਚੜਦਾ ਰਹਿ ਜਾਏਗਾ। ਇਹ ਮੈਂ ਤੁਹਾਨੂੰ ਸ਼ਰਤੀਆ ਕਹਿ ਰਿਹਾ, ਤੁਸੀਂ ਅੱਜ ਇਹਨੂੰ ਟਰਾਈ ਕਰਕੇ ਜ਼ਰੂਰ ਵੇਖਣਾ ਇਸ ਤਰੀਕੇ ਨਾਲ। ਅਤੇ ਕੜਾਹੀ ਜਿਹੜੀ ਆ ਉਹ ਜਦੋਂ ਵੀ ਬਣਾਓ ਅਤੇ ਲੋਹੇ ਦੀ ਕੜਾਹੀ 'ਚ ਬਣਾਓ, ਫਿਰ ਹੀ ਟੇਸਟ ਆਉਂਦਾ। ਥੋੜ੍ਹੀ ਦੇਰ ਲਈ ਇਹਨੂੰ 2 ਤੋਂ 3 ਮਿੰਟ ਲਈ ਕਵਰ ਕੀਤਾ ਅਸੀਂ ਇੱਥੇ, ਤਾਂ ਕਿ ਚਿਕਨ ਜਿਹੜਾ ਹੋਰ ਅੱਛੀ ਤਰ੍ਹਾਂ ਟੈਂਡਰ ਹੋ ਜਾਵੇ। ਅਤੇ ਹੁਣ ਇਹਦੇ 'ਚ ਥੋੜ੍ਹਾ ਜਿਹਾ ਪਾਣੀ ਆ, ਉਹਨੂੰ ਅਸੀਂ ਇੱਥੇ ਤੇਜ਼ ਅੱਗ ਦੇ ਉੱਤੇ ਖੁਸ਼ ਕਰ ਲੈਣਾ, ਅਤੇ ਨਾਲ ਚਮਚ ਇਸ ਤਰ੍ਹਾਂ ਥੱਲਿਓਂ ਚਲਾਉਣਾ,
गोश्त का सत्यानाश नहीं करना जी, तुसी बूटियां जिहड़ियां वो साबत रहनियां चाहीदियां। लो जी पानी हो गया खुश्क, तो हूँ ये पावे थोड़ा जहा गर्म मसाला है। वेखो जी हड्डी तो बिल्कुल बोटी उतर चुकी है, यदा मतलब है कि गोश्त साडा पक गया। हूँ चूल्हा जरा हौली कर देंगे, तो ये थोड़ा जहा गर्म मसाला, थोड़ी जी काली मिर्च पा के इनू मिक्स करना। मिक्स करके तो अग बंद कर देंगे आपां, तो उस तो बाद पावे थोड़ा जहा सब्ज धनिया, थोड़ा जहा कटिया हुआ अदरक, तो फिर 2 मिनट लिए इनू कवर कर देना। वो दे नाल की होएगा, यह जो गर्म मसाला पाया ना, यदि खुशबू चंगी तरह ये छ जाएगी। ये एक ट्रिक है जिन्हें तुसी लाजमी इस्तेमाल किया करो। जे तुसी ऐसे तरह फॉरन सर्व कर दोगे तो ये अंदरों फ्लेवर नहीं नज़र आएंगे। लो जी ए साडी कढ़ाई होगी तैयार। जे चंगी लगी होवे ते वीडियो नू लाइक भी कर दिओ, ते कमेंट भी कर दिओ, ते मैनू इजाजत दिओ। अल्लाह हाफिज़।